ਸਾਰਿਆਂ ਨੂੰ ਸੰਦੀਪ ਵੀਡੀਓ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤੇ ਬਾਈ ਜੱਗੀ ਕੋਲ ਪਹੁੰਚ ਚੁੱਕੇ ਆ ਕੰਗਾਲੇ ਕੋਲ। ਦੇਖੋ ਅੱਜ ਵੀ ਬਾਈ ਨੇ ਕੋਈ 7-8 ਦੇ ਲਗਭਗ ਛੋਟੀਆਂ ਮੱਝਾਂ ਲੈ ਕੇ ਆਂਦੀਆਂ ਪਰ ਚੰਗੇ ਰਿਕਾਰਡ ਵਾਲੀਆਂ। ਜਾਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ। ਮਹਾਰਾਜ ਜੀ ਬਹੁਤ ਵਧੀਆ ਜੀ, ਬਹੁਤ ਵਧੀਆ ਭਾਈ ਜੀ। ਜਾਓ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਮੇਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਤੇ ਬਹੁਤ ਹੀ ਵਧੀਆ ਕੰਮ ਚੱਲਣ ਡਿਆ ਵਾ। ਵਾਵਾ ਦਿਨ ਪੈ ਗਏ, ਅੱਜ ਹਫ਼ਤਾ ਕੁ 10 ਦਿਨ ਪੈ ਹੀ ਗਏ ਆ। ਕਹਿੰਦੇ ਤੇ ਕਹਿਣ ਡਿਆ ਪਰ ਤੁਹਾਨੂੰ ਪਤਾ ਇੱਥੇ ਕੰਮ ਜਾ ਵਪਾਰ ਲੈਣ ਜਿਹੜੀ ਆ ਨਾ ਇਹ ਚ ਭਾਜੀ ਟਾਈਮ ਨਹੀਂ ਹੈਗਾ। ਇਹਦੇ ਵਿੱਚ ਤੁਹਾਨੂੰ ਪਤਾ ਮਾਲ ਲਿਆਉਣਾ, ਵੇਚਣਾ, ਫੇਰ ਜਾਣਾ, 100 ਇੱਥੇ ਹੀ ਸੱਜਣ ਮਿੱਤਰ ਬੜੇ ਮੇਲਾ ਤਾਂ ਉਦਾਂ ਹੀ ਲੱਗਾ ਰਹਿੰਦਾ ਆਪਣੇ, ਤੁਹਾਨੂੰ ਪਤਾ। ਹਾਂਜੀ, ਕਿਉਂਕਿ ਗਾਹਕ ਉਦਾਂ ਹੀ ਬੜਾ ਇੱਥੇ ਸਾਰਾ ਦਿਨ ਹੀ ਚਾਹ ਚੱਲਦੀ ਰਹਿੰਦੀ ਮਹਾਰਾਜ ਦੀ ਕਿਰਪਾ ਨਾਲ। ਤੇ ਚਲੋ ਬਾਕੀ ਉਹ ਵੀ ਕੰਮ ਵਧੀਆ ਵੱਜਣ ਵਾਸਤੇ ਚੰਗਾ ਚੰਗਾ ਹੀ ਇਹ ਤੋਂ ਬਿਲਕੁਲ ਬਿਲਕੁਲ ਉਦਾਂ ਸੰਭਾਲਣਾ ਚਾਹੀਦਾ ਵੈਸੇ। ਹੋਰ ਸੁਣਾਓ ਠੀਕ ਠਾਕ? ਵਧੀਆ ਹੋ ਗਿਆ ਕਿੰਨੀਆਂ ਝੋਟੀਆਂ ਚ ਭਾਜੀ? 7 ਪਾਉਣੀਆਂ ਵਾ, ਬਹੁਤ ਚੰਗੀਆਂ ਸੂਈਆਂ ਸਮਾਈਆਂ ਵਾ, ਜਾਗਿਆ ਚੰਗੀਆਂ ਝੋਟੀਆਂ ਵਾ। ਝੋਟੀ ਥੋੜਾ ਤੂੜੀ ਨਾ ਹੁਣ 12-13 ਕਿਲੋ ਦੇ ਵਿਚਕਾਰ, 12 ਹੋ ਜੇ 13 ਹੋ ਜੇ ਕੋਈ ਆਪਣਾ 2 ਟਾਈਮ ਜੋ ਵਿਚਾਰ ਛਿੱਗੀ ਆ ਉਹਨੂੰ 6 ਦਾ ਤੇ ਦੂਜਾ ਸੂਆ ਭਾਜੀ ਪਿਓ ਲਓ 6 ਦੰਦ ਭਾਅ ਵੀ ਅੱਜ ਭਾਜੀ ਐ ਬਿਲਕੁਲ ਜਾਇਜ਼ ਕਰ ਲਏ ਆ ਵੀਡੀਓ, ਵਾਵਾ ਦਿਨਾਂ ਬਾਅਦ ਪਈ ਐ। ਕਮਾਲ ਵੀ ਚੰਗੀ ਐ, ਮੈਂ ਕਮਾਲ ਦੇ ਰਿਹਾ ਤੇ ਭਾਅ ਲੈ ਜੀ ਤੂੰ ਮਾਲ ਲੈ ਕੇ ਨੋ ਕੋਈ ਫਿਕਰ ਨਹੀਂ ਆਈ ਗਈ। ਹਾਂਜੀ ਬੰਦੇ ਤੇਰੇ ਫੋਨ ਆਇਆ ਸੀ। ਅੱਛਾ ਤੇ ਬਹੁਤ ਮਾਲ ਪੂਰੇ ਇਕੱਠਾ ਕਰਨਾ ਸੀ ਭਈਆ। 14-15 ਹੈ ਭਾਜੀ, ਮਈਆ ਬੜੀਆਂ ਐ। ਅੱਛਾ ਹਾਂਜੀ ਮਾਰਾ ਉਹ ਦਿਵਾਲੀ ਦੇ ਦਿਵਾਲੀ ਦੇ ਹਾਂਜੀ 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 ਦਿਵਾਲੀ ਦੇ ਆਂਦਾ ਇੱਥੇ ਰਹਿਣਾ 2 ਦਿਨ। ਮੈਂ ਕੋਈ ਗੱਲ ਹੀ ਨਹੀਂ, 20 ਮਈਆ ਇਕੱਠੇ ਕਰਦੇ ਆ। ਆ ਕਹਿ ਲਿਆ ਆਂਦਾ ਚੰਗੀਆਂ ਮਈਆ, ਮੈਂ ਕੋਈਆਂ ਦਾ 2 ਦਿਨ ਆਉਣਾ, ਮੈਂ ਕੋਈ ਗੱਲ ਨਹੀਂ ਆ ਜੀ। ਹਾਂਜੀ ਅੱਜ ਭਾਜੀ ਮੁੱਲ ਬਿਲਕੁਲ ਛੋਟੇ ਛੋਟੇ ਕਰ ਲਏ, ਮਾਲ ਸਾਰਾ ਹੀ ਬਹੁਤ ਟੌਪ ਦਾ। ਤੁਹਾਨੂੰ ਪਤਾ ਮੈਂ ਆਈ ਵਾਰ ਚੰਗੀਆਂ ਲਗਾ ਝੋਟੀ ਦੇ 1.5 ਲੱਖ ਦੀ। ਹਾਂਜੀ ਪਰ ਅੱਜ ਮੁੱਲ ਕੋਈ ਨਹੀਂ ਕਰਨਾ ਭਾਜੀ, 1-30 ਦੀ ਦੇ ਦਈਏ। ਬਸ ਛੋੜੀ ਕਰੀਏ 2000 ਭਾਜੀ ਛੋੜੇ, 1-28 ਦੀ ਝੋਟੀ ਦੇਣੀ ਆ। 15 ਅਗਲਾ ਇਕੱਲਾ ਅਗਲਾ ਥਾਂ ਲੱਗਾ ਤੇ 12 ਹੋ ਜੇ 13 ਹੋ ਜੇ ਕੋਈ ਆਪਣਾ ਚੋ ਕੇ ਤਸੱਲੀ ਕਰਕੇ ਵੇਖੋ ਤੇ ਵੱਡੀ ਝੋਟੀ ਕੋਈ ਛੋਟੀ ਨਹੀਂ। ਚਲੋ ਚਲੋ ਬਾਕੀ ਸਾਰੀਆਂ ਭਾਜੀ ਆ 4 ਪੈਂਦਣਾ, 5 ਪੈਂਦਣਾ ਵਾ। ਇਹ ਵੀ ਪਹਿਲਾ ਸੂਆ, ਪਹਿਲਾ ਸੂਆ 4 ਦਾਂ ਦੇ ਆ ਭਾਜੀ ਵੇਖੋ ਕਿਸੇ ਨੇ ਕਹਿਣਾ ਨਹੀਂ ਪਹਿਲਾ ਸੂਆ ਹੋਊਗੀ। ਚਾਰ ਦਾਂ ਦੇ ਆ ਵੇਖੋ ਜੈਡ ਬਲੈਕ ਆਈਆਂ ਝੋਟੀਆਂ। ਹਾਂਜੀ ਇਹ ਨਹੀਂ ਚੌਗੀ ਤੇ ਚੌਗੀ ਹੋਊਗੀ। ਹਾਂਜੀ ਪਿਓਰ ਆ ਜੇ ਵੇਖੋ ਉਦਾਂ ਦੰਦ ਖੋਤੇ ਆ ਤੇ ਕੱਟੀ ਥਲੇ ਦੁੱਧ ਭਾਜੀ 12-13 ਕਿਲੋ ਕੰਡੇ ਵਾਲਾ। ਹੁਣ ਇਸ ਤੋਂ ਮੈਂ ਕਹਿੰਦਾ 2.5-3 ਕਿਲੋ ਗਾੜ ਹੋਊਗੀ, 2.5-3 ਕਿਲੋ ਆ ਜੀ। ਬੱਚਾ ਮਗਰ ਦੇ ਇਹਦੇ ਮਗਰ ਭਾਜੀ ਕੱਟੀ ਦੀ ਆ ਬਹੁਤ ਜਿਆਦਾ ਚੰਗੀ ਪਹਿਲੇ ਨੰਬਰ ਵਾਲੀ ਪੂਰਾ ਵੱਡੀਆਂ ਝੋਟੀਆਂ ਹੋਣੀਆਂ ਸੰਜਵਾ। ਇਹ 12-15 ਦਿਨਾਂ ਦੀ ਸੂਈ ਹੈ ਕੱਟੀ, ਟੀਕੇ ਦੀ ਵਿਖਾ ਦਿਓ ਆ ਵੇਖੋ ਕੱਟੀ ਬਹੁਤ ਜਿਆਦਾ ਪਹਿਲੇ ਨੰਬਰ ਵਾਲੀ ਵੇਖੋ। ਅੱਛਾ ਆਲੇ ਹਾਂਜੀ ਵੇਖੋ ਕੱਟੀ ਕੱਟੀ ਐ ਟੀਕੇ ਦੀ ਕੱਟੀ ਆ ਵੱਡੀ ਕੱਟੀ ਵੇਖੋ ਕੱਦ ਕਿਡਾ ਕੱਟੀ ਦਾ ਮਈਆਂ ਦੇ ਹਿਸਾਬ ਨਾਲ ਬੱਚੇ ਵੀ ਤੁਹਾਨੂੰ ਪਤਾ ਟੀਕੇ ਆਦੇ ਆ ਯਾਰੀ ਚੰਗੀ ਤੇ ਯਾਰੀ ਖੰਨੇ ਦੀ ਰਹੀ ਐ ਇਦਾਂ ਵਾਸਲੇ ਬਹਿ ਜਾਓ ਬਹੁਤ ਜਿਆਦਾ ਫਲਾ ਗਿਆ ਕੱਟੀ ਇਦਾਂ ਵਾਸਲੇ ਬੈਠੇ ਰਹੋ ਬਹੁਤ ਵੇਖੋ ਕਰੇ ਬਿੰਦਗਾਲਾ ਬਣਦਾ ਚੁਆਈ ਜਗੀ ਆ ਮੈਂ ਲਾ ਭਾਜੀ 2.5-3 ਨੂੰ ਕੱਢ ਦੇ ਆੜਾ ਆੜਾ ਲੰਮਾ ਥਾਂ ਕਢੂ ਸੁੰਬਿਆਰ ਦਾ ਬਸ ਠੀਕ ਜਿਹੜੀ ਚੀਜ਼ ਭਾਣ ਵਾਲੀ ਨਾ ਭਾਣ ਨਾ ਦੇਣੀ ਅੱਜ ਮੁੱਲ ਤੁਹਾਨੂੰ ਕਿਹਾ ਬਿਲਕੁਲ ਜਾਇਜ਼ ਝੋਟੀ 1-35 ਦੀ ਵਿਕਦੀ, 40 ਦੀ ਵਿਕਦੀ ਆ, 1.5 ਮੁੱਲ ਤੇਜਿਆ ਗਾਹਕ ਭੱਜਦਾ ਨੀ ਆ ਅੱਜ ਮੁੱਲ ਛੋੜੇ ਫਿਰ 1-15 ਦੀ 1000 ਛੋੜ 1-14 ਨੀ 12 ਕਿਲੋ ਕੰਡੇ ਵਾਲਾ ਵਾ ਤੇ ਪਰ 13 ਵੀ ਹੋ ਸਕਦਾ ਜੀ 14 ਵੀ ਹੋ ਸਕਦਾ ਜੀ ਕੱਟੀ ਥਲੇ। ਹਾਂਜੀ ਜਿੰਨਾ ਮਾੜੀ ਮੈਂ ਦੁੱਧ ਦਿੰਦੀ ਆ ਨਾ ਉਨੀ ਗਾੜ ਹੀ ਆ ਬਿਲਕੁਲ। ਹਾਂਜੀ ਤੇ ਵੇਖ ਲਓ ਕੱਟੀ ਜਾਇਜ਼ ਆ ਕਿ ਨਹੀਂ ਜਾਇਜ਼ ਜਿਹੜੀ ਭਾਣ ਵਾਲੀ ਭਾਣ ਆ ਦਵਾਂਗੇ ਆ ਵੀ ਭਾਈ ਪਹਿਲਾ ਸੂਆ 4 ਦਾ ਦਾ ਆ ਮਗਰ ਕੱਟੀ ਜੇ ਵਿਖਾ ਦਿਓ ਬਿਲਕੁਲ ਤਾਜ਼ੀ ਵੇਖੋ ਦਾਣੇ ਦੀਆਂ ਪੰਗੀਆਂ ਭਾਜੀ ਕੱਟੀਆਂ ਵੇਖੋ
ਨੋਕਾ ਥਣ ਲਗਾ ਨੀ 12 ਕਿਲੋ ਕੱਟੀ ਦਲੇ ਹਾਂ ਹਾਜ਼ਰ ਹਾਜ਼ਰ 12 ਕਿਲੋ ਪਹਿਲਾ ਦੋ ਵੇ ਚੌਕ ਦਾ ਝੋਟੀ ਆ ਚੌਗੀ ਚਾਰ ਦਾ ਹੋਵੇ ਪਿਓਰ ਚੌਗੀ ਤੇ ਚਾਲ ਹਾਂਜੀ ਅਜੇ ਉਦਾਂ ਹੀ ਮਰ ਕੇ ਚੱਲੀਆਂ ਦੂਜੀਆਂ ਦੁੱਧ ਦੇ ਖੋਤੇ ਵੇਖੋ ਕੱਟੀ ਜਾ ਘਰ ਦੇ ਵਜਨ ਵੇਖੋ ਐਡੀ ਕੱਟੀ ਪਾਲਦੀ ਆਪਣੇ ਵੇਲੋ ਹੈ ਐਡੀ ਕੱਟੀ ਮਾਂ ਕੋ ਵੇਲੋ ਪਾਲਦੀ ਕਹਿਣ ਨੂੰ ਜੋ ਮਰਜੀ ਕਹੀ ਜਾ ਬੜਾ ਲਾਰਾ ਵੇ ਜਿੱਕੀ ਰੱਖਾ ਦੀ ਐਵੇਂ ਥੋੜਾ ਜਿੰਨੇ ਵੀ ਮਰਜ਼ੀ ਕੱਟੀ ਵੇਚ ਲਈ ਸੀ ਡੇਢ ਵੀ ਮੰਗੀ ਇੱਕ 35 ਵੀ ਮੰਗੀ 50 ਦੀ ਵੀ ਵੇਚਦੀ ਆ ਅੱਜ ਵੀ ਇੱਕ 15 ਦੀ ਨਹੀਂ ਠੀਕ ਆ ਚੇਰ ਹੋ ਗਿਆ ਵੀਡੀਓ ਨੂੰ 10 ਦਿਨ ਪਹਿਲੇ ਆ ਵੇਖ ਲਓ ਕੱਟੀ ਕੱਲਾ ਅਗਲਾ ਸਾਨੂੰ ਅਗਲਾ 1000 ਛੋੜੇ 1-14 ਦੀ 14 ਦੀ ਚੱਲਣ ਦੋ ਹੈ ਨਹੀਂ ਜਾਇਜ਼ ਮੈਂ ਨਾ ਰੇਟ ਪੁੱਛੇ ਕੀ ਬਾਕੀ ਐਂਡ ਹੋ ਗਿਆ ਆ ਵੀ ਭਾਜੀ ਪਹਿਲਾ ਸੂਆ 4 ਦੰਦ ਅੱਛਾ ਇਹ ਵੀ ਸੂਈ 4 ਸੂਈ ਸੂਈ ਜੈਟ ਬਲੈਕ ਪੂਰੀ 12 ਕਿਲੋ ਭਾਜੀ ਕੱਟੀ ਥਲੇ ਹਾਜ਼ਰ ਦੋ ਦੇ ਦੇ ਥਲੇ ਹਾਂ ਐ ਕਾਲੀ ਸਾਹ ਦੇ ਉੱਪਰ ਨਸ ਰਵੇ ਸੀ ਛੋਟੀ ਬੋਲ ਕੇ ਮੈਂ ਨਾ ਬੜੀ ਘਰੋਂ ਲਈ ਕੱਟੀ ਭਾਜੀ ਦਿਹਾੜੀ ਇਹਨੇ ਵੀ ਬੜਾ ਹੀਰਵਾ ਕੀਤਾ 3 ਲੱਖ ਲਾਇਆ ਕੱਟੀ ਓਏ ਪਾਸਾ ਓਏ ਬੰਦੇ ਦੇ ਭਾਜੀ ਨਹੀਂ ਆਲੇ ਆਲੇ ਆ ਵੇਖੋ ਇਹ ਹੋਰ ਚੌਗੀ ਹਾਂਜੀ ਚਾਰੀ ਆ ਲੈ ਜਾ ਕੇ ਦੋ ਮੋ ਇਹ ਪੂਰਾ ਕਿ ਕਮ ਹੋ ਗਿਆ ਦਾਣਾ ਖਾਦਾ ਗੱਲ ਲੈ ਦੱਸ ਨਫਲਾ ਝੁੱਟੀ ਜੇ ਪੂਰੀ ਐਵੇਂ ਇਹ ਹੋਰ ਭਾਜੀ ਚੌਗੀ ਤੇ ਜਾਰੀ ਚੰਗੀ ਕੱਟੀ ਆ ਠੰਡੀ ਧੀਰੀ ਭਾਵੇਂ ਇੱਧਰ ਥੱਲੇ ਬੈਠੇ ਰਹੋ ਇਹ ਦੇਖੋ ਬਹੁਤ ਹੀ ਸਲਾਗ ਗਿਆ ਇਹ ਦੇਖੋ ਐ ਚਵਾਈ ਲੱਗੀ ਕਿਤੇ ਨੋਕਲਾ ਥੋੜ ਲੱਗਾ ਵੇਖੋ ਕੱਟੀ ਇਹਦੇ ਮਗਰ ਕੱਟੀ ਇਹਦੇ ਕਟਾਈ ਭਾਜੀ ਇਹਦੇ ਮਗਰ ਹਾਂ ਇਹਦੇ ਕਟਾਈ ਹਾਂ ਜੀ ਲੱਗੀ ਜੀ ਮੇਰਾ ਇਹ ਵੀ ਭਾਜੀ ਕੱਟੀ ਜਿੰਨਾ ਮਰਜ਼ੀ ਮੋਲ ਕਰੀਏ ਬਿਲਕੁਲ ਹੀ ਜਾਇਜ਼ 1-10 ਦੀ 1-10 ਦੀ 1000 ਛੋੜੇ 1-9 ਦੀ ਚਲੋ ਵੇਖ ਲਓ ਕੱਟੀਆਂ ਪਲੀਆਂ ਹੈਗੀਆਂ ਨਹੀਂ ਪਲੀਆਂ 12 ਕਿਲੋ ਐ ਦੁੱਧ ਨੈਟ ਕੋਈ ਚੋਗ ਥੱਲੇ ਕਰਕੇ ਬਾ ਠੀਕ ਹੈ ਇਹ ਵੀ ਭਾਜੀ ਪਹਿਲਾ ਸੂਆ 4 ਦੰਦ ਪਹਿਲਾ ਸੂਆ 4 ਹਾਂਜੀ ਇਹਦੇ ਥੱਲੇ ਵੀ ਕੱਟੀ ਸੀ 11 ਤੋਂ 12 ਕਿਲੋ ਹਾਜ਼ਰ ਦੋ ਤਾਜੀ ਸੂਈ ਬਿਲਕੁਲ ਪੰਜਾਂ ਛਾਂ ਦੇ ਠੀਕ ਹੈ ਇਹ ਵੀ ਖੋਲੋ ਲਓ ਜੀ ਇਹ ਵੀ ਦੇਖੋ ਇਹ ਵੀ ਚੌਗੀ ਵੇਖ ਲਓ ਤਾਂ ਚਾਰ ਜਦ ਸਾਰੇ ਚਾਰ ਜੇ ਜਾਂਦੇ ਆ ਲੋਕ ਇੰਦ ਦੇਖੋ ਹਾਂ 4 ਦੰਦ ਹਾਂਜੀ ਪਿਓਰ ਚੌਗੀ ਆ ਲੈ ਜਾ ਕੱਟਾ ਹੀ ਮਗਰ ਲਿਆਣਾ ਜਿਹੜੀ ਤਾਜੀ ਸੂਈ ਵੀ ਕੱਟਾ ਬਿਲਕੁਲ ਆ ਜੇ ਭਾਜੀ ਬਾ ਠੀਕ ਬਿਲਕੁਲ ਤਾਜੀ ਸੂਈ ਹਫਤੇ ਦੇ ਵਿੱਚ ਬੜੀ ਚੰਗੀ ਕੱਟੀ ਠੰਡੀ ਧੀਰੀ ਭਾਵੇਂ ਇੱਧਰ ਥੱਲੇ ਬੈਠ ਰਹੋ ਤੇ ਗੇੜ ਖੜਾ ਲੰਮਾ ਥਣ ਕੱਢੂਗੀ ਕੁੜੇ ਚੁਆਈ ਨਾ ਬਹੁਤ ਜ਼ਿਆਦਾ ਪਸਮਾ ਕੇ ਥਣ ਕੱਢਦੀ ਆ ਠੰਡੀ ਸੀਲ ਐ ਵੇਖੋ ਕਟਿਆ ਕੱਲਾ ਕੱਲਾ ਥਣ ਕੱਢਦੀ ਪਸਮਾ ਕੇ ਜੱਗੀ ਬਰੇ ਦੀ ਕੀ ਮਰ ਇਹ ਮੁਕਾਜੇ ਭਾਜੀ ਮਾਨ ਵੇਚਣ ਦਾ ਹੀ ਕਰਨਾ ਬਿਲਕੁਲ ਜ਼ਹਿਰ ਹੀ ਮੁੱਲ ਕਰ ਨੂੰ ਭਾਵੇਂ 1-10-15 ਜੋ ਮਰਜ਼ੀ ਕਰੀਏ 1,02,000 ਛੋੜ 98,000 ਦੀ ਹਾਲ ਆਈ 12 ਹੋ ਜੇ 11 ਚਵਾ ਕੇ ਆਪਾਂ ਦੇਣੀ ਆ ਤਸੱਲੀ ਕਰਾ ਕੇ ਤੇ ਥਾਣਾ ਨੂੰ ਕੱਢਦੀ ਭਾਜੀ ਕੱਟੀ ਕਿਤੇ ਮੇਲ ਬੰਨਾ ਹੀ ਬਸ ਠੀਕ ਪੂਰਾ ਐਡਾ ਦਾ ਲੰਮਾ ਹਾਲ ਜੇ ਭਾਵ ਵੀ ਜਾਇਜ਼ ਹੀ ਆ ਆ ਭਾਜੀ ਪਹਿਲਾ ਸੂਆ 2 ਦੰਦ ਪਿਓਰ ਹਾਂਜੀ ਪਿਓਰ ਦੋਂਦੀ ਤਾਰੀ ਸੂਈ ਜੇ ਮਗਰ ਇਹਦੇ ਕੱਟੀ ਕੇ ਕੱਟਾ ਕਰਾ ਆ ਜੇ ਕੱਟਾ ਕਰ ਕੱਟਾ ਜੀ ਹਾਂਜੀ ਕੱਟਾ ਪਿਓਰ ਦੋਂਦੀ ਆ ਕੱਟੀ ਦੁੱਧ ਕਿਲੋ ਭਾਈ ਦੁੱਧ ਕੱਟੀ ਥਲੇ ਭਾਜੀ ਉਦਾਂ ਕਹਿਣ ਭਾਵੇਂ 10 ਕਿਲੋ 8 ਕਿਲੋ ਐ ਕੱਟੇ ਵਾਲਾ ਹੋਊਗਾ ਤਸੱਲੀ ਕਰਾ ਹਾਂਜੀ ਚਲੋ ਤੋਰੋ ਸੱਜਰ ਵੇਖੋ ਕੱਟੀ ਸ਼ਕੀਨ ਇੱਧਰ ਲੈ ਭਾਵੇਂ ਬਸ ਇੱਧਰ ਵੇਖੋ ਹੋਰ ਦੋਂਦੀ ਆ ਹਾਂਜੀ ਬਸ ਜਿਹੜਾ ਲੈ ਜੂਗਾ ਯਾਦ ਕਰੂਗਾ ਭਾਜੀ ਕੱਟੀ ਗਾਂ ਟੋਕਰੀ 65,000 ਦੀ ਮੈਨੂੰ ਜਿਹੜਾ ਮਰਜ਼ੀ ਦੇ ਦੇ ਇਹ ਭਾਜੀ ਦੂਜਾ ਸੂਆ ਜੇ ਦੂਜਾ ਸੂਆ ਹਾਂਜੀ ਇਹਦੇ ਮਗਰ ਕੱਟੀ ਗਈ ਸੂਈ ਨੂੰ 1.5 ਮਹੀਨੇ ਦੀ ਅੱਛਾ ਹਾਂਜੀ ਦੁੱਧ ਝੋੜੀ ਥੱਲੇ 12 ਕਿਲੋ ਨੈਟ ਦੀ ਆ ਉਹ ਕੱਟੀ ਵਿਖਾ ਦੋ ਉਹ ਸਾਹਮਣੇ ਦੂਜਾ ਸੂਆ ਹਾਂਜੀ ਕੱਟੀ ਕੋਲੇ ਸਾਹਮਣੇ ਬਹੁਤ ਹੀ ਕੱਟੀ ਜੈਟ ਬਲੈਕ ਉਧਰ ਦੀਆਂ ਸਾਰੀਆਂ ਝੋੜੀਆਂ ਭਾਜੀ ਹਾਂ ਮਾਲ ਸਾਰਾ ਉਧਰ ਦਾ ਆ ਜੇ ਕੱਟੀ ਪਿਓਰ ਜੈਟ ਬਲੈਕ ਵੇਖ ਲਓ
बहुत ज्यादा चोन चान चंगी है कई बंदे इथे आके कहिंदे असीं सीधा जाणा सीधे जाण च माल नहीं पाणा बाकी चलो अगले ने पैसे देने जिथों मर्जी लवे बिलकुल क्योंकि माल असीं लिया के सामना किराए भाड़े क्योंकि 5-6 हज़ार रुपया एक मैं खर्चा आता वा क्योंकि दलाल भी होंगे साढ़े नाल दलाली भी देनी पैंदी है रोटी पानी का खर्चा सारे खर्चे डंगर ते पैने हुण कोलों दा तुहानूं पता खर्चा नहीं है ना जी ते नाम अपना जगजीत सिंह आ पिंड कंग जिला तरन तारण तहसील खडूर साहब मोबाइल नंबर 84 2 77 80 9 53 सत श्री अकाल।